ਅਗਲੀ ਖਬਰ ਵੱਲ ਚਲਿਏ ਲੇ ਆਫ ਲੇ ਆਫ ਲੇ ਆਫ ਇਹ ਚੱਲ ਰਹੀ ਸਾਰੇ ਪਾਸੇ ਅੱਜ ਲਿਫਟ ਜਿਹੜੀ ਲੇਟੈਸਟ ਟੈਕ ਕੰਪਨੀ ਆ ਲਿਫਟ ਦੀਆਂ ਜਿਹੜੇ ਆਪ ਜਿਸ ਤਰ੍ਹਾਂ ਆਪਾਂ ਚਲਾਨੀ ਓਵਰ ਜਾਂ ਹੋਰ ਸੋ ਲਿਫਟ ਦੇ ਸੀਈਓ ਡੇਵਿਡ ਰਿਸ਼ਰ ਨੇ ਅੱਜ ਅਨਾਉਂਸ ਕੀਤਾ ਆ ਕਿ ਉਹ 30% ਲਿਫਟ ਦੇ ਵਰਕਰਸ ਜਿਹੜੇ ਕਿ 1200 ਬਣਦੇ ਹੈਗੇ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਆ ਵਾਲ ਸਟ੍ਰੀਟ ਜਰਨਲ ਨੇ ਅੱਜ ਇਹ ਰਿਪੋਰਟ ਕੀਤਾ ਹੈਗਾ ਰਿਸ਼ਨ ਨੇ ਕੀ ਹੈ ਆ ਪਈ ਜਿਹੜੇ ਕੰਪਨੀ ਦੇ ਫਾਊਂਡਰ ਆ ਜੌਨ ਜ਼ਿਮਰ ਤੇ ਲੋਗਨ ਗ੍ਰੀਨ ਉਹਨਾਂ ਨੂੰ ਵੀ ਰਿਪਲੇਸ ਕਰ ਦਿੱਤਾ ਗਿਆ ਤੇ ਜੋ ਹੋਰ ਕੰਪਨੀ ਚ ਕੰਮ ਵੀ ਕਰਦੇ ਆ ਉਹਨਾਂ ਦੇ ਵੀ ਜਿਹੜੇ ਆ ਸੈਲਰੀ ਦੇ ਵਿੱਚ ਕੱਟ ਹੋਇਆ ਹੈਗਾ ਆ ਡਿਜੀਟਲ ਐਡ ਰੈਵਨਿਊ ਕਹਿੰਦੇ ਬਈ ਬਹੁਤ ਘਟ ਗਿਆ ਹੈਗਾ ਇਹ ਕਰਕੇ ਫੇਸਬੁੱਕ ਤੁਸੀਂ ਦੇਖਿਆ ਮੈਟਾ ਵਾਲਿਆਂ ਨੇ 10000 ਬੰਦਾ ਲੇਆਫ ਕਰਤਾ ਸੀ Amazon ਨੇ ਪਹਿਲਾਂ ਜਿਹੜਾ 10000 ਕੀਤਾ ਫੇਰ 9000 ਕੀਤਾ ਤੇ ਇਸੇ ਤਰ੍ਹਾਂ ਜ਼ੂਮ ਜਿਹੜੀ ਜ਼ੂਮ ਵੀ ਬੜੀ ਲੇਟੈਸਟ ਟੈਕ ਕੰਪਨੀ ਆ ਉਹਨਾਂ ਨੇ ਕਿਹਾ ਵੀ ਅਸੀਂ ਵੱਡੀ ਗਿਣਤੀ ਚ ਲੇਆਫ ਕਰਨ ਜਾ ਰਹੇ ਆ ਜ਼ੂਮ ਦਾ ਸੀਈਓ ਕਹਿੰਦਾ ਵੀ 98% ਪੇ ਕਟੋ ਲੈ ਰਿਆ ਸੋ ਹਹਾਕਾਰ ਮਚੀ ਪਈ ਹੈਗੀ ਹੈ ਲੇਆਫ ਦੇ ਚੱਕਰ ਦੇ ਵਿੱਚ ਸਾਰੇ ਪਾਸੇ ਜੀ ਬਿਲਕੁਲ ਯਾ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਸੈਨ ਫਰਾਂਸਿਸਕੋ ਦੇ ਨਾਲ ਸੰਬੰਧਿਤ ਖਬਰ ਆ ਗਵਰਨਰ ਗੈਵਨ ਨਿਊਸਮਾ ਹੁਣਾਂ ਨੇ ਨੈਸ਼ਨਲ ਗਾਰਡ ਦੀ ਮਦਦ ਮੰਗੀ ਆ ਮਦਦ ਮੰਗੀ ਆ ਕਿਸ ਲਈ ਜੋ ਨਸ਼ੀਲੇ ਪਦਾਰਥਾਂ ਦਾ ਸੇਵਨ ਸੈਨ ਫਰਾਂਸਿਸਕੋ ਦੀ ਜਿਹੜੀ ਟੈਂਡਰਲਾਈਨ ਇੰਡਸਟਰੀ ਦੇ ਵਿੱਚ ਹੋ ਰਿਹਾ ਆ ਉਸ ਨੂੰ ਲੈ ਕੇ ਕਹਿੰਦੇ ਵੀ ਨੈਸ਼ਨਲ ਗਾਰਡ ਨੂੰ ਉਹਨਾਂ ਨੇ ਡਾਇਰੈਕਟ ਕੀਤਾ ਆ ਵੀ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਫੈਂਟਨਲ ਕ੍ਰਾਈਸਿਸ ਸ਼ਾਇਆ ਪਿਆ ਆ ਉਥੇ ਲੋਕਾਂ ਦਾ ਰਹਿਣਾ ਔਖਾ ਹੋਇਆ ਪਿਆ ਆ ਉਸ ਦੇ ਉੱਤੇ ਕਾਬੂ ਪਾਉਣ ਦੇ ਲਈ ਓਪਨ 에ਅਰ ਡਰੱਗ ਯੂਜ਼ ਤੇ ਜਿਹੜੀ ਟ੍ਰੈਫਿਕਿੰਗ ਡਰੱਗ ਟ੍ਰੈਫਿਕਿੰਗ ਉਥੇ ਹੋ ਰਹੀ ਆ ਉਸ ਤੋਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਹੋਮਲੈਸਨੈਸ ਤੇ ਉਹ ਸਾਰੀਆਂ ਚੀਜ਼ਾਂ ਨੇ ਸੈਨ ਫਰਾਂਸਿਸਕੋ ਜਿਹੜੀ ਕੀ ਦੁਨੀਆ ਦੇ ਵਿੱਚ ਇੱਕ ਬਹੁਤ ਵਧੀਆ ਸ਼ਹਿਰ ਸਲਾਨੀਆਂ ਦੇ ਲਈ ਮੰਨਿਆ ਜਾਂਦਾ ਸੀਗਾ ਉਥੇ ਹੁਣ ਕਿਸੇ ਦਾ ਜਾਣ ਨੂੰ ਚੇਤ ਨਹੀਂ ਕਰਦਾ ਨੈਸ਼ਨਲ ਗਾਰਡ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਉਹਨਾਂ ਨੂੰ ਹੁਣ ਡਾਇਰੈਕਸ਼ਨ ਦਿੱਤੀਆਂ ਆ ਗਵਰਨਰ ਨਿਊਸਮ ਨੇ ਵੀ ਸੈਨ ਫਰਾਂਸਿਸਕੋ ਦੀ ਫੈਂਟਨਲ ਟ੍ਰੈਫਿਕਿੰਗ ਕ੍ਰਾਈਸਿਸ ਨੂੰ ਕਾਬੂ ਦੇ ਵਿੱਚ ਪਾਇਆ ਜਾਵੇ ਇਸ ਦੇ ਨਾਲ ਕਿਹਾ ਵੀ ਦੋਨੋਂ ਹੀ ਜਿਹੜੀਆਂ ਏਜੰਸੀਜ਼ ਆ ਉਥੋਂ ਦੀਆਂ ਲੋਕਲ ਅਥਾਰਟिटीज ਨੂੰ ਮਦਦ ਕਰਨਗੀਆਂ ਫੈਂਟਨਲ ਯੂਜ਼ ਦਾ ਜੋ ਇਸ ਟਾਈਮ ਮਾੜੀ ਸਥਿਤੀ ਬਣੀ ਪਈ ਆ ਉਸ ਦੇ ਨਾਲ ਸੋ ਇਹ ਜਿਹੜੀ ਇਸ ਟਾਈਮ ਸਥਿਤੀ ਮਾਰੀ ਪਈਆ ਕੈਲਗਾਰਡ ਜਾਂ ਨੈਸ਼ਨਲ ਗਾਰਡ ਆ ਉਹਨਾਂ ਨੂੰ ਇਹਨਾਂ ਨੇ ਡਾਇਰੈਕਟ ਕੀਤਾ ਆ 2021 ਦੇ ਵਿੱਚ ਮੇਅਰ ਲੰਡਨ ਬਰੀਡ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਘੋਸ਼ਿਤ ਕੀਤੀ ਸੀਗੀ ਇਸ ਨੇਬਰਹੂਡ ਨੂੰ ਲੈ ਕੇ ਟੈਂਡਰਲੋਇਨ ਨੇਬਰਹੂਡ ਨੂੰ ਲੈ ਕੇ ਵੀ ਜਿਹੜੇ ਡਰੱਗ ਓਵਰਡੋਸ ਡੈਥ ਉੱਥੇ ਹੋ ਰਹੀਆਂ ਆ ਉਸ ਨੂੰ ਕਾਬੂ ਪਾਇਆ ਜਾਵੇ ਜਨਵਰੀ ਤੋਂ ਮਾਰਚ ਦੇ ਵਿੱਚ ਉਸ ਸਾਲ 'ਚ 40% ਓਵਰਡੋਸ ਦੀਆਂ ਡੈਥ ਦੇ ਵਿੱਚ ਵਾਧਾ ਹੋਇਆ ਸੀ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਉੱਥੇ ਦੇਖ ਰਹੇ ਆ ਵੀ ਲੀਡਰਸ ਆ ਰਹੇ ਨੇ ਜਾ ਰਹੇ ਨੇ ਸੈਨ ਫਰਾਂਸਿਸਕੋ ਦੇ ਵਿੱਚ ਲੋਕ ਨਵਿਆਂ ਨੂੰ ਚੁਣ ਕੇ ਵੀ ਲੈ ਕੇ ਆਉਂਦੇ ਆ ਪਰ ਕਿਸੇ ਦੇ ਵੀ ਇਹ ਕਾਬੂ 'ਚ ਨਹੀਂ ਆ ਰਹੇ ਇੱਥੋਂ ਤੱਕ ਵੀ ਗਵਰਨਰ ਦੇ ਵੀ ਹੱਥ ਖੜੇ ਆ ਫਾਈਨਲੀ ਹੁਣ ਕਹਿ ਸਕਦੇ ਆ ਵੀ ਹਿਸਾਬ ਨਾਲ ਫੌਜ ਦੀ ਜਿਹੜੀ ਮਦਦ ਆ ਉਹਨਾਂ ਨੇ ਮੰਗੀ ਆ ਅਹ ਸੈਨ ਫਰਨਸਿਸਕੋ ਦੀ ਪੁਲਿਸ ਡਿਪਾਰਟਮੈਂਟ ਤੇ ਡਿਸਟ੍ਰਿਕਟ ਆਟਾਰਨੀ ਕਹਿੰਦੇ ਪੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਇਨਕਲੂਡਿੰਗ ਮੇਅਰ ਲੰਡਨ ਬਰੀਡ ਪਰ ਕੋਈ ਵੀ ਅਸਰ ਇਹਦੇ ਤੇ ਨਹੀਂ ਪੈ ਰਿਹਾ ਅ ਤੇ ਲਗਭਗ ਜੋ ਟੈਂਡਰ ਲਾਈਨ ਨੇਬਰਹੂਡਾ ਬੜੀ ਤਗੜੀ ਨੇਬਰਹੂਡਾ ਸੈਨ ਫਰਨਸਿਸਕੋ ਚ ਉਹ ਹੋਮਲੈਸਨੈਸ ਤੇ ਰੈਂਟਲਿੰਗ ਕ੍ਰਾਈਸਿਸ ਦੇ ਨਾਲ ਪੂਰੀ ਤਰ੍ਹਾਂ ਗੇਗਚ ਹੋਈ ਪਈ ਹੈਗੀ ਆ ਤੇ ਸੈਨ ਫਰਾਂਸਿਸਕੋ ਦੇ ਪਬਲਿਕ ਡਿਫੈਂਡਰ ਮਨੂ ਰਾਜੂ ਨੇ ਕਿਹਾ ਵੀ ਇਹ ਜਿਹੜੀ ਪ੍ਰੋਬਲਮ 50 ਸਾਲਾਂ ਤੋਂ ਚੱਲ ਰਹੀ ਆ ਸੋ ਇਸ ਨੂੰ ਸਾਨੂੰ ਆਲਟੀਮੇਟਲੀ ਜਿਹੜਾ ਆ ਸੂਤ ਕਰਨਾ ਹੀ ਪੈਣਾ ਹੈਗਾ ਸੈਨ ਫਰਾਂਸਿਸਕੋ ਦੇ ਪੁਲਿਸ ਡਿਪਾਰਟਮੈਂਟ ਦੇ ਚੀਫ ਬਿਲ ਸਕਾਟ ਡੀਏ ਬਰੋਕ ਜੈਂਕਨਸ ਉਹਨਾਂ ਨੇ ਗੈਬਨ ਨਿਊਸਮ ਹੋਣਾਂ ਦੀ ਅਨਾਉਂਸਮੈਂਟ ਤੇ ਕਿਹਾ ਆ ਵੀ ਇਹਦੇ ਨਾਲ ਜਰੂਰ ਸਾਨੂੰ ਹੈਲਪ ਮਿਲੂਗੀ ਇਸ ਨੂੰ ਖਤਮ ਕਰਨ ਦੇ ਲਈ